ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ IVF ਸਪੈਸ਼ਲਿਸਟ ਡਾਕਟਰ ਪ੍ਰਭਜੋਤ ਕੌਰ ਜੀ ਦੇ ਨਾਲ, ਜੋ ਕਿ ਗੁਰੂ ਨਾਨਕ ਹੌਸਪੀਟਲ ਐਂਡ ਡਿਵਾਈਨ ਇੰਡੀਆ IVF ਸੈਂਟਰ ਕਰਨਾਲ ਵਿਖੇ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾਵਾਂ ਦੇ ਰਹੇ ਨੇ ਅਤੇ ਕਰਨਾਲ ਹੀ ਨਹੀਂ ਬਲਕਿ ਦੂਰੋਂ ਦੂਰੋਂ ਆਏ ਮਰੀਜ਼ਾਂ ਦੇ ਲਈ ਇੱਕ ਵਰਦਾਨ। ਹਜ਼ਾਰਾਂ ਦੀ ਗਿਣਤੀ ਵਿੱਚ ਬੇਲਾ ਜੋੜੇ ਇੱਥੋਂ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਚੁੱਕੇ ਨੇ। ਸਾਡੀ ਟੀਮ ਨੇ ਡਾਕਟਰ ਪ੍ਰਭਜੋਤ ਕੌਰ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ IVF ਬਾਰੇ ਜਾਣਕਾਰੀ ਦਿੱਤੀ। ਸਾਡੀ ਟੀਮ ਨੇ ਡਾਕਟਰ ਪ੍ਰਭਜੋਤ ਜੀ ਦੇ ਮਾਤਾ ਜੀ ਨਾਲ ਵੀ ਗੱਲਬਾਤ ਕੀਤੀ, ਜੋ ਕਿ 80 ਸਾਲ ਦੀ ਉਮਰ ਵਿੱਚ ਵੀ ਬਹੁਤ ਹੀ ਤੰਦਰੁਸਤ ਨੇ ਅਤੇ ਉਹਨਾਂ ਨੂੰ ਆਪਣੀ ਬੇਟੀ 'ਤੇ ਬਹੁਤ ਹੀ ਮਾਣ ਹੈ। ਉਹਨਾਂ ਦੀ ਬੇਟੀ ਡਾਕਟਰ ਪ੍ਰਭਜੋਤ ਕੌਰ, ਜੋ ਕਿ ਪੰਜਾਬ ਇੰਡੀਆ ਵਿੱਚ ਨਹੀਂ ਬਲਕਿ ਫੋਰਨ ਵਿੱਚ ਵੀ ਬਹੁਤ ਹੀ ਵੱਡਾ ਆਪਣਾ ਨਾਮ ਕਰ ਚੁੱਕੇ ਨੇ ਅਤੇ ਮਰੀਜ਼ਾਂ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਆਓ ਕਰਦੇ ਹਾਂ ਗੱਲਬਾਤ ਡਾਕਟਰ ਪ੍ਰਭਜੋਤ ਕੌਰ ਜੀ ਦੀ ਮਾਤਾ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਐਸੀ ਮਾਤਾ ਦੇ ਨਾਲ ਜਿਹਨੇ ਇੱਕ ਐਸੀ ਬੇਟੀ ਨੂੰ ਜਨਮ ਦਿੱਤਾ, ਜਿਹਨੇ ਦੁਨੀਆ ਦੇ ਉੱਪਰ ਆ ਕੇ ਲੋਕਾਂ ਨੂੰ ਜ਼ਿੰਦਗੀ ਦਿੱਤੀ। ਸਾਡੀ ਮੁਰਾਦ ਹੈ ਡਾਕਟਰ ਪ੍ਰਭਜੋਤ, ਜਿਹੜੇ ਕਿ ਗੁਰੂ ਨਾਨਕ ਹੌਸਪੀਟਲ ਐਂਡ ਡਿਵਾਈਨ IVF ਜਿਹੜਾ ਕਿ ਕਰਨਾਲ ਵਿਖੇ ਆਪਣੇ ਸੇਵਾਵਾਂ ਦੇ ਰਹੇ ਨੇ, ਉਹਨਾਂ ਦੇ ਮਾਤਾ ਜੀ ਨੇ, ਜਿਨ੍ਹਾਂ ਨੇ ਹਮੇਸ਼ਾ ਉਹਨਾਂ ਨੂੰ ਪੋਜ਼ਿਟਿਵਿਟੀ ਦਿੱਤੀ, ਉਹਨਾਂ ਦੀ ਬੈਕਬੋਨ ਬਣ ਕੇ, ਉਹਨਾਂ ਦਾ ਇੱਕ ਮਾਰਗਦਰਸ਼ਨ ਕਰਕੇ ਉਹਨਾਂ ਨੂੰ ਇੰਨੀਆਂ ਉਚਾਈਆਂ 'ਤੇ ਪਹੁੰਚਾਇਆ। ਮਾਤਾ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਕਿ ਉਹ ਬੇਟੀ ਜਿਹਨੇ ਹਮੇਸ਼ਾ ਪੋਜ਼ਿਟਿਵਿਟੀ ਰੱਖੀ ਔਰ ਉਹ ਮਾਤਾ ਜਿਹਨੇ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਬਹੁਤ ਵੱਡਾ ਸਹਾਰਾ ਦਿੱਤਾ, ਕੀ ਕਹਿਣਾ ਚਾਹੋਗੇ? ਹਰ ਪੇਰੈਂਟਸ ਚਾਹੁੰਦਾ ਹੈ ਕਿ ਮੇਰੇ ਬੱਚੇ ਉਚਾਈਆਂ ਨੂੰ ਛੂਏ, ਲੇਕਿਨ ਪਹਿਲੀ ਗੱਲ ਹੈ ਬੱਚਾ ਉਹ ਜਿਹੜਾ ਕਿ ਐਕਸੈਪਟ ਕਰਦਾ ਸੰਸਕਾਰ ਨੂੰ, ਔਰ ਬਾਕੀ ਪਰਮਾਤਮਾ ਵੱਲੋਂ ਉਹਨਾਂ ਦੀ ਦੇਣ ਹੁੰਦੀ ਹੈ। ਪਰਮਾਤਮਾ ਦਾ ਗਿਫਟ ਹੁੰਦਾ ਇਹ ਵੀ, ਜਿਹੜੇ ਬੱਚੇ ਪੇਰੈਂਟਸ ਨੂੰ ਰੋਸ਼ਨ ਕਰਦੇ, ਉਹਨਾਂ ਦਾ ਨਾਮ ਉਹਨਾਂ ਦਾ ਉਹਨਾਂ ਨੂੰ ਗੌਰਵੰਤ ਕਰਦੇ ਨੇ। ਮਾਤਾ ਜੀ, ਤੁਸੀਂ 80 ਦੇ ਕਰੀਬ ਹੋ ਔਰ ਅੰਕਲ ਦਾ ਸਾਥ ਛੁੱਟ ਚੁੱਕਿਆ ਹੈਗਾ, ਉਹਦੇ ਬਾਵਜੂਦ ਤੁਸੀਂ ਇੱਕ ਐਨਰਜੈਟਿਕ ਵੇ ਦੇ ਨਾਲ ਲੋਕਾਂ ਨੂੰ ਜ਼ਿੰਦਗੀ ਦੇ ਰਹੇ ਹੋ। ਆਪਣੀ ਬੇਟੀ ਨੂੰ ਕਦੇ ਤੁਸੀਂ ਉਦਾਸੀ ਵਾਲੀ ਗੱਲ ਨਹੀਂ ਕੀਤੀ, ਉਹਦਾ ਹੌਸਲਾ ਵਧਿਆ ਰਹਿੰਦਾ ਜੇ ਮਾਂ ਬੇਟੀ ਦੇ, ਕਿਉਂਕਿ ਤੁਸੀਂ ਉੱਥੇ ਵੀ ਨਹੀਂ ਰਹਿ ਸਕਦੇ, ਲੋਕ ਰਹਿਣ ਬਸੇਰਾ ਉਖੇੜ ਲੈਂਦੇ ਆ, ਕਈ ਵਾਰੀ ਬੱਚੇ ਮਾਂ ਬਾਪ ਦੇ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਲੈ ਜਾਂਦੇ ਆ, ਪਰ ਉਹਨਾਂ ਦਾ ਦਿਲ, ਕਿਉਂਕਿ ਉਹਨਾਂ ਨੂੰ ਆਬਾਦੀਆਂ, ਉਹ ਆਪਣੇ ਘਰਾਂ ਦੀਆਂ ਇੱਟਾਂ ਔਰ ਉੱਥੇ ਸਹੇਲੀਆਂ ਸਾਥ ਨਾਲ ਜਿਹੜੀਆਂ ਪਿਆਰ ਵਾਲੀਆਂ ਹੁੰਦੀਆਂ ਉਹ ਜਗ੍ਹਾ ਦੇ ਨਾਲ ਉਹਨਾਂ ਦਾ ਉੱਥੇ ਗੁਰਦੁਆਰਾ ਸਾਹਿਬ, ਉੱਥੇ ਜੋ ਆਪਣੇ ਜਿੱਥੇ ਵੀ ਆਪਾਂ ਸੇਵਾ ਕਰਦੇ ਹੈਗੇ ਹਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਜੁੜੇ ਹੋਇਆ ਇੱਕ ਜ਼ਿੰਦਗੀ ਹੁੰਦੀ ਹੈਗੀ ਆ। ਔਰ ਉਹਦੇ ਵਿੱਚ ਇਹਨਾਂ ਨੇ ਵੀ ਉਹੀ ਕੀਤਾ ਵੀ ਤੁਹਾਨੂੰ ਉੱਥੇ ਨਹੀਂ ਲੈ ਕੇ ਗਏ, ਬਲਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਅਟੈਚ ਕਰਕੇ ਇੱਥੇ ਜਿਹੜੇ ਹੈਗੇ ਆ ਸੇਵਾ ਦੇ ਪੁੰਜ ਬਣ ਕੇ ਸੇਵਾ ਨਾਲ ਕਰ ਰਹੇ ਆ। ਜਦੋਂ ਦੀ ਵੀ ਵੱਡੀ ਉਮਰ 'ਚ ਹੋ ਜਾਂਦਾ ਉਹਨੂੰ ਆਪਣੇ ਕਿਲੇ ਨਾਲ ਹੀ ਪਿਆਰ ਹੁੰਦਾ, ਉੱਥੇ ਉਹਦਾ ਮਨ ਲੱਗਦਾ, ਉਹਦੀਆਂ ਫਰੈਂਡਸ ਹੁੰਦੀਆਂ ਨੇ, ਉਹਦੀ ਆਪਣੀ ਕੰਪਨੀ ਹੁੰਦੀ ਹੈ, ਔਰ ਉਹਦਾ ਦਿਲ ਜਿਹੜਾ ਨਾ ਉਸੇ ਜਗ੍ਹਾ 'ਤੇ ਲੱਗਦਾ। ਬੱਚੇ ਚਾਹੇ ਜਿਸ ਜਗ੍ਹਾ 'ਤੇ ਮਰਜ਼ੀ ਲੈ ਜਾਣ, ਲੇਕਿਨ ਦਿਲ ਉੱਥੇ ਹੀ ਲੱਗਦਾ ਜਿਹੜਾ ਉਹਨਾਂ ਦਾ ਆਪਣਾ ਕਿਲਾ ਹੋਏ। ਔਰ ਮਾਤਾ, ਜਿੱਦਾਂ ਪੁਆਇੰਟ ਆਫ ਫੋਰਸ ਬਣ ਕੇ ਤੁਸੀਂ ਵੀ ਹਮੇਸ਼ਾ ਇਹੀ ਕਹਿੰਦੇ ਹੋ, ਨਹੀਂ ਕੋਈ ਗੱਲ ਨਹੀਂ, ਤੁਹਾਡੇ ਦੋਹਤੇ ਪੋਤੇ ਜੋ ਵੀ ਤੁਹਾਡੇ ਨਾਲ ਅਟੈਚ ਹੁੰਦਾ ਕੋਈ ਵੀ, ਅਤੇ ਤੁਸੀਂ ਉਹਨਾਂ ਨੂੰ ਹਮੇਸ਼ਾ ਇੱਕ એનર્ਜੀ ਦਿੰਦੇ ਹੋ, ਪੋਜ਼ਿਟਿਵਿਟੀ ਦਿੰਦੇ ਹੋ ਕਿ ਕੋਈ ਗੱਲ ਨਹੀਂ ਭਾਈ, ਪੋਜ਼ਿਟਿਵ ਰਹੋ ਹਮੇਸ਼ਾ। ਔਰ ਇਹ ਘਰ ਜਿਹੜਾ ਕਿ ਇਹਨਾਂ ਨੂੰ ਵੀ ਫਿਰ ਸਵਾਦ ਆਉਂਦਾ ਦੇਖ ਕੇ ਮਾਂ ਨੂੰ, ਜਦੋਂ ਮਾਂ ਐਨਰਜੀ 'ਚ ਰਹਿੰਦੀ ਆ। ਅੱਜ ਵੀ 80 ਸਾਲ ਦੇ ਹੈਗੇ ਆ, ਤੁਸੀਂ ਫਿਰ ਵੀ ਤੁਸੀਂ ਹੁਣ ਤਿਆਰ ਹੋਏ ਵੇ ਆ ਵੀ ਭਾਈ ਹੁਣ ਮੈਂ ਆਪਣੀਆਂ ਫਰੈਂਡਸ ਦੇ ਨਾਲ ਜਾ ਕੇ ਇੰਜੋਏ ਕਰਨਾ। ਜਿਹੜਾ ਅਸੀਂ ਉੱਥੇ 3-4 ਘੰਟੇ ਆਪਣੀ, ਸਾਨੂੰ ਉਸ ਜਗ੍ਹਾ 'ਤੇ ਪਤਾ ਹੀ ਨਹੀਂ ਚੱਲਦਾ ਕਿ ਇੰਨੇ ਟਾਈਮ ਬੀਤ ਗਿਆ, ਫਰੈਂਡਸ ਦੇ ਵਿੱਚ ਕੁਛ ਪਤਾ ਨਹੀਂ ਚੱਲਦਾ ਕਿ ਅਸੀਂ ਕਿਸ ਜਗ੍ਹਾ 'ਤੇ ਬੈਠੇ ਹਾਂ। ਉਸ ਵਕਤ ਆਪਣੀ ਬਿਮਾਰੀ ਵੀ ਅਗਰ ਹੋ ਗਈ ਤਾਂ ਉਹ ਵੀ ਯਾਦ ਨਹੀਂ ਰਹਿੰਦੀ, ਉਸ ਵਕਤ ਅਸੀਂ ਜਵਾਨ ਹੁੰਦੇ ਹਾਂ ਫਰੈਂਡਸ ਦੇ ਵਿੱਚ ਬੈਠ ਕੇ। ਔਰ ਜਿਹੜੀ ਉਹ એનર્ਜੀ ਮਿਲਦੀ ਹੈਗੀ ਆ, ਜਿੱਦਾਂ ਤੁਸੀਂ ਕਹਿ ਰਹੇ ਹੋ ਪੋਜ਼ਿਟਿਵਿਟੀ ਮਿਲਦੀ ਆ, એનર્ਜੀ ਮਿਲਦੀ ਆ, ਮਨੋਬਲ ਵੱਧਦਾ, ਜਿਹਦੇ ਨਾਲ ਕਿ ਗਰੀਸ ਲੱਗਦੀ ਦਿਮਾਗ ਨੂੰ, ਕਿਉਂਕਿ ਲੋਕ ਡਿਪਰੈਸ਼ਨ ਦੀਆਂ ਦਵਾਈਆਂ ਖਾਂਦੇ ਆ, ਇਹ ਇੱਕ ਸਵਾਦ ਵਾਲੀ ਦਵਾਈ ਆ ਜਿਹੜੀ ਅਸੀਂ ਖਾਂਦੇ ਹਾਂ ਅਤੇ ਇੰਜੋਏ ਕਰਦੇ ਹਾਂ। ਬਿਲਕੁਲ ਬਿਲਕੁਲ।
ਅਗਰ ਇਹ ਜਿਹੜੀ ਮੈਡੀਸਨ ਹੈ ਨਾ, ਫਰੈਂਡਸ ਵਿੱਚ ਬੈਠ ਕੇ ਖੇਡਣਾ ਔਰ ਉਹਨਾਂ ਦੇ ਨਾਲ ਇੰਜੋਏ ਕਰਨਾ, ਕੁਛ ਹੱਸੀ ਦੀ ਗੱਲ ਕਰਨੀ, ਕੋਈ ਨਿਊਜ਼ ਨਵੀਂ ਚੌੜੀ ਆਏ ਤਾਂ ਉਹ ਦੱਸਦੇ ਨੇ ਇੱਕ ਦੂਸਰੇ ਨੂੰ, ਸਾਨੂੰ ਉਸੇ ਵਿੱਚ ਹੀ ਆਨੰਦ ਹੈ ਨਾ। ਸਾਨੂੰ ਲੇਡੀਜ਼ ਵਿੱਚ ਬੈਠ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਨਹੀਂ ਆਉਂਦੀਆਂ। ਮਾਤਾ ਜੀ ਤੁਸੀਂ ਉਹਦੇ ਉੱਤੇ ਸਾਡੇ ਹਾਰਟ 'ਤੇ ਇਸ ਚੀਜ਼ ਦਾ ਇਫੈਕਟ ਹੁੰਦਾ। ਅਗਰ ਕਿਸੇ ਨੂੰ ਅਸੀਂ ਗਲਤ ਕਹਿੰਦੇ ਹਾਂ, ਉਸ ਗਿਲਟੀ ਕੌਨਸ਼ੀਅਸ ਫੀਲ ਕਰਦੇ ਹਾਂ, ਸਾਡੇ ਉੱਤੇ ਇਫੈਕਟ ਹੁੰਦਾ। ਇਸ ਲਈ ਨਾ ਕਿਸੇ ਦੀ ਗੱਲ ਕਰੋ, ਹਮ ਇੱਕੋ ਹੀ ਗੱਲ ਬਣਾਈਏ, ਜੀਓ ਔਰ ਜੀਨੇ ਦਿਓ, ਕਿਸੇ ਦੀ ਗੱਲ ਹੀ ਨਾ ਕਰੋ ਤੁਸੀਂ। ਡਾਕਟਰ ਪਰਮਜੋਤ ਨੇ ਹੁਣੇ ਸਾਡੇ ਨਾਲ ਸ਼ੇਅਰ ਕੀਤਾ ਕਿ 86 ਦੇ ਵਿੱਚ ਜਦੋਂ ਉਹਨਾਂ ਨੂੰ ਪ੍ਰੋਬਲਮ ਆਈ ਸੀਗੀ ਅਤੇ ਤੁਸੀਂ, ਕਿਉਂਕਿ ਤੁਸੀਂ ਪੂਰੇ ਵਿਸ਼ਵਾਸੀ ਹੋ ਵਾਹਿਗੁਰੂ ਦੇ ਵਿੱਚ, ਔਰ ਜਿਹਦਾ ਤੁਸੀਂ ਪਾਠ ਸਾਹਿਬ ਕਰਕੇ ਅਤੇ ਹੁਕਮਨਾਮਾ ਲਿੱਤਾ, ਉਹ ਲੱਤ ਜਿਹੜੀ ਜੁੜਦੀ ਨਹੀਂ ਸੀਗੀ ਉਹ ਲੱਤ ਵੀ ਜੁੜ ਗਈ। ਕੀ ਕਹਿਣਾ ਚਾਹੋਗੇ ਕਿ ਤੁਹਾਡਾ ਉੱਥੋਂ ਆਤਮਾ 'ਤੇ ਪੂਰਾ ਯਕੀਨ ਹੈ? ਆਸਾ ਦੀ ਵਾਰ ਦਾ ਪਾਠ ਕਰਕੇ ਜੋ ਉਸਦਾ ਵਾਕ ਆਇਆ ਉਹ ਉਸਦੇ ਸਿਰਾਣੇ ਹੇਠਾਂ ਰੱਖਿਆ, ਔਰ ਮੈਨੂੰ 100% ਯਕੀਨ ਸੀ ਕਿ ਇਹ ਬਿਲਕੁਲ ਠੀਕ ਹੋ ਜਾਏਗੀ। ਉਹਨਾਂ ਦੇ ਡਾਕਟਰਸ ਨੇ ਕਿਹਾ ਸੀ, ਔਰਥੋਪੈਡਿਕ ਡਾਕਟਰ ਸੀ ਇਹਨਾਂ ਦੇ, ਡਾਕਟਰ ਚੱਡਾ ਹੈੱਡ ਆਫ ਡਿਪਾਰਟਮੈਂਟ ਸੀ, ਉਹਨਾਂ ਨੇ ਕਿਹਾ ਮੇਰਾ ਕੱਲ੍ਹ ਦੇਖਿਆ ਕਿ ਅੱਜ ਤੱਕ ਕਦੀ ਇਸ ਤਰ੍ਹਾਂ ਦੀ ਲੱਤ ਨਹੀਂ ਜੁੜੀ, ਬੋਨ ਟੂ ਬੋਨ ਲੱਤ ਜੁੜੀ ਹੈ, ਨਹੀਂ ਤਾਂ ਅੱਜ ਤੱਕ ਕਦੀ ਜੁੜਦੀ ਨਹੀਂ ਹੈ। ਉਹ ਵਾਹਿਗੁਰੂ ਦੀ ਕਿਰਪਾ ਸੀ ਸਰ। ਪਰਮਾਤਮਾ ਕਰੇ ਮਾਤਾ ਜੀ ਤੁਹਾਡੀ એનર્ਜੀ ਇੱਦਾਂ ਹੀ ਵਧੀ ਰਹੇ, ਔਰ ਤੁਸੀਂ ਇੱਕ એનર્ਜੈਟਿਕ ਬਣ ਕੇ ਇੱਕ ਖੁਸ਼ਬੂ ਆਪਣੀ ਫੈਲਾਓ, ਔਰ ਜਿਹੜੇ ਵੀ ਲੋਕ ਇਸ ਚੈਨਲ ਦੇ ਮਾਧਿਅਮ 'ਤੇ ਦੇਖ ਰਹੇ ਆ ਆਪਦੀ ਰਿਟਾਇਰਮੈਂਟ, ਚਾਹੇ ਪੇ ਬੈਕ ਟੂ ਸੁਸਾਇਟੀ ਹੁੰਦੀ ਆ, ਦਿਸ ਇਜ਼ ਪੇ ਬੈਕ ਟੂ ਸੁਸਾਇਟੀ, ਸ਼ੀ ਇਜ਼ ਪੇਇੰਗ ਟੂ ਦੀ ਸੁਸਾਇਟੀ। ਅਗਰ ਆਪਾਂ ਪੋਜ਼ਿਟਿਵਿਟੀ ਦੇ ਰਹੇ ਹੈਗੇ ਹਾਂ, ਆਪਾਂ ਇੱਕ ਬਿਮਾਰ ਬੰਦੇ ਵਾਂਗੂ ਨਹੀਂ ਕਰਦੇ ਗੇ, ਹਾਲਾਂਕਿ ਅੱਜ ਵੀ ਖੰਘ ਹੋਈ ਵੀ ਆ, ਲੇਕਿਨ ਨਹੀਂ ਪੂਰੀ ਅਟੈਕ ਦੇ ਵਿੱਚ ਆ, ਕੋਈ ਗੱਲ ਨਹੀਂ, ਲੈ ਖੰਘ ਹਟ ਜੂ। ਇਹ ਦੁੱਖ ਸੁੱਖ ਸਰੀਰ ਦੇ ਨਾਲ ਚੱਲਦਾ ਰਹਿੰਦਾ, ਕੋਈ ਫਰਕ ਨਹੀਂ ਪੈਂਦਾ। ਹਾਂ, ਬੱਚੇ ਪੈਸਾ ਕੋਈ ਚੀਜ਼ ਸਪੈਸ਼ਲ ਨਹੀਂ ਹੈ, ਬੱਚਿਆਂ ਦੀ ਸਪੋਰਟ, ਮੋਰਲ ਸਪੋਰਟ ਜਿਹੜੀ ਬੱਚਿਆਂ ਦੀ ਹੈ ਨੇ, ਮੇਰੇ ਬੱਚੇ ਬਹੁਤ ਨਾਈਸ ਹੈ, ਚਾਹੇ ਮੇਰਾ ਬੇਟਾ ਹੈ, ਚਾਹੇ ਮੇਰੇ ਦਾਮਾਦ ਹੈ, ਦੋਨੋਂ, ਚਾਹੇ ਮੇਰੇ ਦੋਨੋਂ ਬੇਟੀਆਂ ਨੇ, ਇਹਨਾਂ ਦੀ ਮੈਨੂੰ ਇੰਨੀ ਮੋਰਲ ਸਪੋਰਟ ਰਹਿੰਦੀ ਹੈ ਕਿ ਮੈਂ ਨਾ ਠੀਕ ਹੁੰਦੇ ਹੋਏ ਵੀ ਠੀਕ ਸਮਝਦੀ ਹਾਂ ਆਪਣੇ ਆਪ ਨੂੰ। ਔਰ ਤੁਸੀਂ ਵੀ ਹਮੇਸ਼ਾ ਇਹਨਾਂ ਨੂੰ ਇੱਕ ਹੌਸਲਾ ਦਿੰਦੇ ਹੋ ਔਰ એનર્ਜੀ ਦਿੰਦੇ ਹੋ ਵੀ ਸੇਵਾ ਕਰਨੀ ਹੈ ਸਮਾਜ ਦੀ। ਅਸੀਂ ਗੰਦੇ ਪੈਸੇ ਨਹੀਂ ਜੋੜਨੇ, ਅਸੀਂ ਉਹ ਪੈਸੇ ਜੋੜਨੇ ਆ ਜਿਹੜੇ ਖੁਸ਼ਬੂ ਵਾਲੇ ਹੋਣ, ਜਿਨ੍ਹਾਂ ਪੈਸਿਆਂ ਦੇ ਵਿੱਚ ਧਰਮ ਹੋਵੇ। ਔਰ ਇਹੀ ਕਾਰਨ ਹੈ ਕਿ ਡਾਕਟਰ ਪਰਮਜੋਤ ਨੇ ਗੁਰੂ ਨਾਨਕ ਜਿਹੜਾ ਹੋਸਪਿਟਲ ਆ ਉੱਥੇ ਇੱਕ ਸੇਵਾ ਦੇ ਕੇਂਦਰ ਵਾਂਗੂ, ਬਹੁਤ ਸਾਰੇ ਲੋੜਵੰਦ ਲੋਕ ਆਉਂਦੇ ਨੇ, ਔਰ ਡਾਕਟਰ ਹਰਪ੍ਰੀਤ ਜਿਹੜੇ ਇੱਕ ਦੇਵਤਾ ਕਿਸਮ ਇਨਸਾਨ ਨੇ, ਦੋਨਾਂ ਨੇ ਮਿਲ ਕੇ ਉਸ ਬੂਟੇ ਨੂੰ ਇੱਕ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਾਤਾ। ਕਿਉਂਕਿ ਬੰਦਾ ਲੁਧਿਆਣੇ ਤੋਂ ਜਾ ਕੇ ਕਰਨਾਲ, ਕਿਉਂਕਿ ਉਸ ਟਾਈਮ 'ਤੇ ਲੁਧਿਆਣੇ ਦੀ ਵੈਲਿਊ ਬਹੁਤ ਵੱਡੀ ਹੁੰਦੀ ਸੀਗੀ ਔਰ ਕਰਨਾਲ ਇੰਨੀ ਚੀਜ਼ ਨਹੀਂ ਸੀਗੀ, ਔਰ ਅੱਜ ਜਿਹੜਾ ਕਰਨਾਲ ਆ ਉਹ ਕਰਨਾਲ ਵੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਚੀਜ਼ ਬਣ ਚੁੱਕਿਆ ਹੈਗਾ ਸਿਟੀ, ਔਰ ਲੁਧਿਆਣਾ ਤਾਂ ਹੈ ਹੀ ਵੱਡਾ, ਲੇਕਿਨ ਕਰਨਾਲ ਨੇ ਵੀ ਇਹਨਾਂ ਨੇ ਜਾ ਕੇ ਆਪਣੇ ਆਪ ਨੂੰ ਇਸਟੈਬਲਿਸ਼ ਕਰਕੇ ਆਪਣਾ ਇੱਕ ਔਰਾ ਬਣਾ ਕੇ ਉੱਥੇ ਵੀ ਬਹੁਤ ਕਾਮਯਾਬੀ ਕੀਤੀ ਆ। ਮਾਤਾ ਜੀ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਬਿਲਕੁਲ, ਥੈਂਕ ਯੂ ਤੁਹਾਡਾ ਵੀ, ਜਿਹੜਾ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ। ਦੱਸੋ ਅੱਜ ਦਾ ਸਿਨੈਰੀਓ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਰੋਜ਼ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਡਾਕਟਰਾਂ ਦੇ ਹੋਸਪਿਟਲਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ, ਉਹ ਡਾਕਟਰ ਜਿਹੜੇ 10-10 ਹਜ਼ਾਰ ਪੇਸ਼ੈਂਟਸ ਨੂੰ ਠੀਕ ਕਰਦੇ ਆ, ਜ਼ਿੰਦਗੀ ਦਿੰਦੇ ਆ, ਜਿਹੜਾ ਮਰੀਜ਼ ਹੈਗਾ ਉਹ ਬਿਮਾਰ ਜਿਹੜਾ ਬੰਦਾ ਆਉਂਦਾ, ਜ਼ਿੰਦਗੀ ਤਾਂ ਭਗਵਾਨ ਦੇ ਹੱਥ 'ਚ ਹੈ, ਡਾਕਟਰ ਦੇ ਹੱਥ 'ਚ ਨਹੀਂ ਹੈ। ਅਗਰ ਕੋਈ ਮਿਸਹੈਪਨਿੰਗ ਕਦੇ ਹੋ ਜਾਂਦੀ ਹੈਗੀ ਆ ਤਾਂ ਉਹ ਡਾਕਟਰਸ ਨੂੰ ਟਾਰਗੇਟ ਕਰਦੇ ਨੇ, ਔਰ ਡਾਕਟਰ ਵਿਚਾਰੇ ਜਿਹੜੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਨਸਕਿਉਰਟੀ ਜਿਹੜੀ ਫੀਲ ਕਰਦੇ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਐਮਰਜੈਂਸੀ ਜਿਹੜੀਆਂ ਹੈਗੀਆਂ, ਜਿਹੜੇ ਪੇਸ਼ੈਂਟਸ ਸ਼ਾਇਦ ਉਹ ਬਚ ਜਾਂਦੇ ਡਾਕਟਰਾਂ ਦੇ ਇਲਾਜ ਦੇ ਨਾਲ, ਡਾਕਟਰ ਰਿਸਕ ਲੈ ਕੇ, ਉਹ ਵੀ ਨਹੀਂ ਬਚਣਗੇ। ਕੀ ਕਹਿਣਾ ਚਾਹੋਗੇ ਕਿ ਸਰਕਾਰ ਨੂੰ ਬਹੁਤ ਜਲਦੀ ਐਸੇ ਵੱਡੇ ਕਾਨੂੰਨ ਬਣਾਉਣੇ ਚਾਹੀਦੇ ਆ ਜਿਹਦੇ ਵਿੱਚ ਉਹ ਲੋਕ
ਪਹਿਲਾਂ ਸਾਰੀ ਇਨਵੈਸਟੀਗੇਸ਼ਨ ਉਹਦੀ ਪੁਰਾਣੀ ਰਿਕਾਰਡਿੰਗ ਜਿਹੜੀ ਹੈਗੀ ਹੈ ਉਹਨੇ ਜ਼ਿੰਦਗੀ 'ਚ ਕੀ ਕੀਤਾ, ਚਲੋ ਕੋਈ ਡਾਕਟਰ ਗਲਤ ਕਰ ਰਿਹਾ ਹੈਗਾ ਉਹਦੇ ਨਾਲ ਤਾਂ ਚਲੋ ਜਿੱਦਾਂ ਮਰਜ਼ੀ ਜਿਹੜਾ ਹੈਗਾ ਬਿਹੇਵੀਅਰ ਹੋਵੇ, ਲੇਕਿਨ ਜਿਹੜੇ ਆਮ ਡਾਕਟਰ ਆ, ਇੱਕ ਡਾਕਟਰ ਦਾ ਜਿਹੜਾ ਖਾਮਿਆਜ਼ਾ ਉਹ ਦੂਸਰਿਆਂ ਨੂੰ ਨਾ ਭੁਗਤਣਾ ਪਵੇ। ਔਰ ਸਾਡੇ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਮੂਵੀਜ਼ ਦੇ ਨਾਲ ਕਰਕੇ ਕਿ ਡਾਕਟਰਾਂ ਦੇ ਪ੍ਰਤੀ ਲੋਕਾਂ ਦੀ ਨਫ਼ਰਤ ਜਿਹੜੀ ਹੈਗੀ ਆ ਉਹ ਪੈਦਾ ਹੁੰਦੀ ਆ, ਪਰ ਉਹ ਜਿਹੜੇ ਵੱਡੇ ਹੋਸਪਿਟਲ ਹੋ ਸਕਦੇ ਹੈਗੇ ਆ, ਹੋਰ ਲੋਕ ਹੋ ਸਕਦੇ ਹੈਗੇ ਆ ਜਿਹੜੇ ਇਹ ਨੋਨ ਮੈਡੀਕਲ ਪ੍ਰੋਫੈਸ਼ਨ ਦੇ ਆ, ਬਿਜ਼ਨਸਮੈਨ ਨੇ, ਉਹ ਇਹ ਕੰਮ ਕਰ ਸਕਦੇ ਆ, ਲੇਕਿਨ ਉਹ ਡਾਕਟਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਹਿਲਾਂ ਪੜ੍ਹਾਈ ਦੇ ਵਿੱਚ ਆਪਣਾ ਖੂਨ ਡੋਲਿਆ ਹੁੰਦਾ, ਮਿਹਨਤ ਕੀਤੀ ਹੁੰਦੀ ਆ, ਉਸ ਤੋਂ ਬਾਅਦ 'ਚ ਔਖੇ ਹੋ ਕੇ ਉਹ ਅਗਾਂਹ ਪੋਸਟ ਗ੍ਰੈਜੂਏਸ਼ਨਾਂ ਕਰਦੇ ਆ, ਆਪਣੇ ਹੋਸਪਿਟਲ ਬਣਾਉਂਦੇ ਆ, ਮਹਿੰਗੀਆਂ ਮਹਿੰਗੀਆਂ ਮਸ਼ੀਨਰੀਆਂ ਕਿਸ਼ਤਾਂ ਉਹਨਾਂ ਦੀਆਂ ਉਤਾਰਨੀਆਂ ਹੁੰਦੀਆਂ ਉਹਨਾਂ ਨੇ, ਔਰ ਪ੍ਰੋਬਲਮਸ ਦੇ ਵਿੱਚ ਆਪ ਹੁੰਦੇ ਆ ਉਹਨਾਂ ਡਾਕਟਰਸ ਦੇ, ਸਿਕਿਉਰਿਟੀ ਦੇ ਲਈ ਵੀ ਕੋਈ ਨਾ ਕੋਈ, ਹੁਣ ਜਦੋਂ ਇਹ ਆਵਾਜ਼ਾਂ ਉੱਠੀਆਂ ਅਤੇ ਨਾਲ ਕੋਈ ਐਸਾ ਕਾਨੂੰਨ ਨਾਲ ਬਣ ਜਾਵੇ ਜਿਹਦੇ ਨਾਲ ਡਾਕਟਰਸ ਜਿਹੜੇ ਆ ਉਹਨਾਂ ਨੂੰ ਮਜ਼ਾ ਆਵੇ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਘਬਰਾਹਟ ਨਾ ਰਹੇ, ਕਿਉਂਕਿ ਕੋਈ ਵੀ ਬੰਦਾ ਉੱਠ ਕੇ ਕੋਈ ਕਿਸੇ ਨੇ ਗਾਂਹ ਕੋਈ ਆਪਣੇ ਨਾਲ ਦੁਸ਼ਮਣੀ ਕਰਦਾ, ਕੋਈ ਕਿਸੇ ਪੇਸ਼ੈਂਟ ਦੀ ਕੋਈ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈਗੀ ਆ, ਤਾਂ ਉਹ ਸਾਰੇ ਪਾਸੇ ਅਸੀਂ ਹੀ, ਮਤਲਬ ਸਾਨੂੰ ਹੀ ਜ਼ਿੰਮੇਵਾਰ ਸਮਝਿਆ ਜਾ ਰਿਹਾ। ਤੁਸੀਂ ਬਹੁਤ ਹੀ ਸਵਰਨਿਮ, ਬਹੁਤ ਹੀ ਇੰਪੋਰਟੈਂਟ, ਬੜੇ ਹੀ ਵਾਈਟਲ ਸਵਾਲਾਂ ਨੂੰ ਉਠਾਇਆ ਹੈਗਾ। ਓਵਰ ਏ ਲੋਂਗ ਪੀਰੀਅਡ ਆਫ ਟਾਈਮ ਜਿੰਨੇ ਵੀ ਐਥੀਕਲ, ਗੁੱਡ, ਡੈਡੀਕੇਟਿਡ, ਕੰਪੀਟੈਂਟ, ਅੱਛੇ ਤੋਂ ਅੱਛੇ ਡਾਕਟਰਸ ਹੈਗੇ ਆ ਹਿੰਦੁਸਤਾਨ ਦੇ ਅੰਦਰ, ਦੇ ਵਰ ਸਟਾਰਟਿੰਗ ਦੈਟ ਸਟਾਰਟਿਡ ਟੂ ਫੀਲ ਕਿ ਜਿਸ ਤਰ੍ਹਾਂ ਦੇ ਲਗਾਤਾਰ ਕਾਨੂੰਨ ਅਤੇ ਕਾਨੂੰਨ ਡਾਕਟਰਸ 'ਤੇ ਆਉਂਦੇ ਜਾ ਰਹੇ ਹੈ, ਔਰ ਸਮ ਆਫ ਦ ਲਾਜ਼ ਆਰ ਰੀਅਲੀ ਡਰੈਕੋਨੀਅਨ ਲਾਜ਼, ਐਂਡ ਆਈ ਫੀਲ ਕਿ ਡਾਕਟਰਸ ਨਾਲ ਮਿਲ ਬੈਠ ਕੇ ਉਹਨਾਂ ਦੀ ਸਹਿਮਤੀ ਦੇ ਨਾਲ, ਔਰ ਪਰਸਨਲੀ ਜਿਹੜੇ ਜਿੰਨੇ ਵੀ ਪੀਪਲ ਜਿਨ੍ਹਾਂ ਕੋਲ ਪਾਵਰਫੁਲ ਪੋਜੀਸ਼ਨਸ ਹੈਗੀਆਂ ਜਿਹੜੇ ਚੇਂਜ ਕਰ ਸਕਦੇ ਇਹਨਾਂ ਹਾਲਾਤਾਂ ਨੂੰ, ਉਹਨਾਂ ਨਾਲ ਮਿਲ ਕੇ ਕਿਤੇ ਨਾ ਕਿਤੇ ਅੱਛੇ ਸੰਸ਼ੋਧਨ ਕਰਨੇ ਚਾਹੀਦੇ ਹੈ। ਅੱਜ 80% ਆਬਾਦੀ ਨੂੰ ਪ੍ਰਾਈਵੇਟ ਡਾਕਟਰਸ ਡੀਲ ਕਰ ਰਹੇ ਹੈ, ਔਰ 10-15-20% ਨੂੰ ਮੈਕਸੀਮਮ ਗੌਰਮੈਂਟ ਹੋਸਪਿਟਲ ਡੀਲ ਕਰ ਪਾ ਰਿਹਾ ਹੈ, ਲੇਕਿਨ ਜਿੰਨੇ ਕੁ ਕਾਨੂੰਨ ਆ ਗਏ ਉਸ ਹਿਸਾਬ ਨਾਲ ਸਡਨਲੀ ਤੁਸੀਂ ਸਾਰੀ ਆਬਾਦੀ ਗੌਰਮੈਂਟ ਹੋਸਪਿਟਲ 'ਚ ਨਹੀਂ ਆ ਸਕਦੀ ਜੇਕਰ ਪ੍ਰਾਈਵੇਟ ਸਾਰੇ ਬੰਦ ਹੋ ਜਾਂਦੇ ਹੈ। ਸੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਐਸੀ ਸਿਚੁਏਸ਼ਨ ਹਿੰਦੁਸਤਾਨ ਵਰਗੇ ਅੱਛੇ ਦੇਸ਼ 'ਚ ਨਹੀਂ ਆਉਣੀ ਚਾਹੀਦੀ ਜਿੱਥੇ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ ਐਕਸਟਿੰਕਸ਼ਨ ਆਫ ਗੁੱਡ ਡਾਕਟਰਸ। ਬਹੁਤ ਮਹਾਨ ਔਰ ਅੱਛੇ ਡਾਕਟਰਸ ਵੀ ਇੱਕ ਡਿਸਟਿੰਕਟ ਔਰ ਇੱਕ ਐਸੀ ਸਪੀਸ਼ੀਜ਼ ਮੰਨਿਆ ਗਿਆ ਜਿਨ੍ਹਾਂ ਦਾ ਕਿਸੇ ਵੀ ਪ੍ਰੋਫੈਸ਼ਨ 'ਚ ਹੋਣਾ, ਇਸ ਸੰਸਾਰ 'ਚ ਹੋਣਾ, ਕਹਿੰਦੇ ਚੰਗੇ ਬੰਦਿਆਂ ਦੇ ਮੋਢਿਆਂ 'ਤੇ ਸੰਸਾਰ ਖੜ੍ਹਾ ਹੁੰਦਾ। ਅਗਰ ਕੰਪੀਟੈਂਟ ਔਰ ਬਹੁਤ ਜਿਹੜੇ ਜਿਨ੍ਹਾਂ ਜਿਸ ਪ੍ਰਕਾਰ ਦੇ ਡਾਕਟਰਸ ਨੂੰ ਸਮਾਜ ਨੂੰ ਲੋੜ ਹੁੰਦੀ ਹੈ, ਜੇ ਇਹੀ ਐਕਸਟਿੰਕਟ ਹੋ ਗਏ ਤਾਂ ਸੋਚੋ ਕਿ ਸੰਸਾਰ 'ਚ ਹਾਹਾਕਾਰ ਵੀ ਮੱਚ ਸਕਦਾ, ਇੱਕ ਐਸੀ ਸਿਚੁਏਸ਼ਨ ਆ ਸਕਦੀ ਹੈ। ਇਟ ਮੇ ਟੇਕ ਟਾਈਮ, ਬਟ ਇਵੈਂਚੁਅਲੀ ਜਦ ਸਾਡੇ ਬੱਚੇ ਵੇਖਣਗੇ, ਸਾਡੇ ਮੈਡੀਕਲ ਸਟੂਡੈਂਟਸ, ਸਾਡੇ ਮੈਡੀਕਲ ਟੀਚਰ ਜਿਹੜੇ ਈਵਨ ਮੈਡੀਕਲ ਕਾਲਜਿਸ 'ਚ ਬੈਠੇ ਹਨ, ਦੇ ਆਰ ਨੋਟ ਹੈਪੀ ਬਿਕੋਜ਼ ਦੇ ਡੋਂਟ ਹੈਵ ਦਾ ਪਾਵਰ ਟੂ ਚੇਂਜ ਥਿੰਗਸ। ਸੋ ਮੈਂ ਉਮੀਦ ਕਰਦੀ ਹਾਂ, ਦੇਖੀਏ, ਆਈ ਹੈਵ ਬੀਨ ਇਨ ਅਮੈਰੀਕਾ ਫੋਰ ਦਾ ਲਾਸਟ, ਮੈਂ 3.5 ਹਫ਼ਤੇ ਹੁਣ ਅਮੈਰੀਕਾ ਲਾ ਕੇ ਆਈ ਹਾਂ। ਆਈ ਹੈਵ ਬੀਨ ਐਕਸਟ੍ਰੀਮਲੀ ਫੋਰਚੁਨੇਟ ਕਿ ਮੈਂ ਉਸ ਦੇਸ਼ ਵਿੱਚ ਬੜੀ ਅੱਛੀ ਲੌਂਜੀਵਿਟੀ ਦੇਖੀ, ਔਰ ਉਹਨਾਂ ਲੋਕਾਂ ਨੂੰ ਖਾਸ ਕਰਕੇ ਮਿਲ ਕੇ ਆਈ ਜਿਹੜੀ 80-85-90 ਸਾਲ ਦੀ ਉਮਰ ਵਿੱਚ ਵੀ ਬਹੁਤ ਹੀ ਐਕਟਿਵ ਔਰ ਅੱਛੀ ਜ਼ਿੰਦਗੀ ਨੂੰ ਜੀ ਰਹੇ ਹੈ। ਹਾਲਾਂਕਿ ਐਸੇ ਇਲਾਕੇ ਕਮ ਹੈ ਅਮੈਰੀਕਾ ਦੇ ਅੰਦਰ ਵੀ, ਬਟ ਇਟ ਵਾਜ਼ ਵੈਰੀ ਗੁੱਡ ਟੂ ਮੀਟ ਦੋਜ਼ ਪੀਪਲ। ਔਰ ਮੈਂ ਵੇਖਿਆ ਕਿ ਆਈ ਮੈਟ ਪੀਪਲ ਫਰੋਮ ਕੈਨੇਡਾ, ਅਮੈਰੀਕਾ, ਡਿਫਰੈਂਟ ਪਾਰਟਸ ਆਫ ਦੀ ਵਰਲਡ ਡਿਊਰਿੰਗ ਮਾਈ ਰੀਸੈਂਟ ਵਿਜ਼ਿਟ ਟੂ ਅਮੈਰੀਕਾ।
ਔਰ ਮੈਂ ਵੇਖਿਆ ਕਿ ਅੱਜ ਵੀ ਲੋਕ ਅੱਜ ਖਾਸ ਕਰਕੇ ਅੱਜ ਦੇ ਜ਼ਮਾਨੇ ਦੇ ਅੰਦਰ ਪੀਪਲ ਆਰ ਲੁਕਿੰਗ ਫੋਰਵਰਡ ਟੂ ਇੰਡੀਆ ਕਿ ਅਸੀਂ ਹਿੰਦੁਸਤਾਨ ਜਾਵਾਂਗੇ ਅਤੇ ਸਾਨੂੰ ਅੱਛੀ ਮੈਡੀਕਲ ਫੈਸਿਲਿਟੀ ਮਿਲੇਗੀ, ਸਾਨੂੰ ਅੱਛੇ ਡਾਕਟਰਸ ਮਿਲਣਗੇ, ਸਾਨੂੰ ਸਾਰਾ ਇਲਾਜ ਸੋਹਣਾ ਹੋ ਜਾਏਗਾ ਸਾਡਾ। ਐਂਡ ਯੂ ਨੋ ਪੀਪਲ ਆਰ ਮੈਡੀਕਲ ਟੂਰਿਜ਼ਮ ਦੇ ਹਿਸਾਬ ਨਾਲ ਸਾਡੇ ਬੱਚੇ ਬਹੁਤ ਚੰਗੇ ਨੇ, ਸਾਡੇ ਕੋਲ ਇੰਟੈਲੀਜੈਂਟ ਵਰਕਫੋਰਸ ਹੈਗੀ ਹੈ ਔਰ ਸਾਡੇ ਬੱਚੇ ਹਿੰਦੁਸਤਾਨ ਨੂੰ ਪੈਸਾ ਕਮਾ ਕੇ ਦੇ ਸਕਦੇ ਨੇ, ਲੋਕਾਂ ਨੂੰ ਜੋਬਸ ਦੇ ਸਕਦੇ ਨੇ ਜਿਹੜੇ ਯੂ ਨੋ ਪੈਰਾਮੈਡੀਕਲ ਸਟਾਫ ਦੇ ਰੂਪ ਵਿੱਚ। ਸੋ ਇੱਕ ਐਸਾ ਦੇਸ਼ ਜਿੱਥੇ ਸਾਰੀ ਦੁਨੀਆ ਦੇਖ ਰਹੀ ਹੈ ਕਿ ਇਹ ਸਾਡਾ ਉਧਾਰ ਕਰ ਸਕਦਾ ਹੈ, ਸਾਨੂੰ ਕੰਫਰਟੇਬਲ ਕਰ ਸਕਦਾ ਹੈ, ਸਾਨੂੰ ਰੋਗ ਮੁਕਤ ਕਰ ਸਕਦਾ ਹੈ। ਅਗਰ ਐਸਾ ਦੇਸ਼ ਦੇ ਅੰਦਰ ਡਾਕਟਰਸ ਦੁਖੀ ਬੈਠੇ ਹੈ ਔਰ ਜਿਹੜੇ ਚੰਗੇ ਹੈਗੇ ਵੀ ਸਹੀ ਜਾਂ ਕੰਪੀਟੈਂਟ ਬੰਦੇ ਹੈਗੇ ਸਹੀ ਉਹ ਪ੍ਰੋਫੈਸ਼ਨ ਛੱਡਣ ਦੀ ਸੋਚ ਰਹੇ ਹੈ, ਤੁਸੀਂ ਸੋਚੋ ਕਿ ਕਿੰਨਾ ਪੈਰਾਡੋਕਸੀਕਲ ਔਰ ਕਿੰਨਾ ਕਿਸ ਤਰ੍ਹਾਂ ਦਾ ਸਿਨਾਰੀਓ ਹੈ ਜਿਹਨੂੰ ਐਮਰਜੈਂਸੀ ਵਿੱਚ ਇਮੀਜੀਏਟਲੀ, ਨੋਟ ਐਮਰਜੈਂਸੀ ਵਿੱਚ ਬਟ ਇਮੀਜੀਏਟਲੀ ਸੰਗਿਆਨ ਲੈ ਕੇ ਚੇਂਜ ਕਰਨਾ ਚਾਹੀਦਾ ਹੈ। ਸਾਡੇ ਅੱਛੇ ਡਾਕਟਰਸ ਨੂੰ ਇਨਕਰੇਜ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਛੱਡ ਕੇ ਨਾ ਜਾਣ, ਦੇਸ਼ ਦੇ ਅੰਦਰ ਰਹਿਣ, ਖੁਸ਼ ਰਹਿਣ, ਤਾਂ ਕਿ ਉਹਨਾਂ ਦੀ ਜਿਹੜੀ ਹੀਲਿੰਗ ਐਨਰਜੀ ਅਤੇ ਪਾਵਰ ਹੈ ਅਸੀਂ ਖੁਸ਼ ਹੋ ਕੇ ਜਨਤਾ ਨੂੰ ਦੇ ਸਕੀਏ ਅਤੇ ਖੁਸ਼ ਰੱਖ ਸਕੀਏ ਆਪਣੇ ਆਸ ਪਾਸ ਦੇ ਸਾਰੀ ਪਬਲਿਕ ਨੂੰ। ਇਟਸ ਵੈਰੀ ਇੰਪੋਰਟੈਂਟ, ਸਾਰੇ ਸਾਡੇ ਬੱਚੇ ਹੈ। ਯੂ ਆਰ ਐਨ ਇੰਸਟੀਟਿਊਸ਼ਨ, ਯੂ ਆਰ ਲੌਂਗ ਲੌਂਗ ਡਾਟਾਸ, ਸਾਨੂੰ ਅੱਜ ਇੰਨਾ ਕੀਮਤੀ ਸਮਾਂ ਦੇਣ ਦੇ ਲਈ ਔਰ ਆਪਣੇ ਮੁਖਿਆਰ ਬਿੰਦ ਚੋਂ ਜਿੱਦਾਂ ਤੁਸੀਂ ਇਹ ਗੱਲਾਂ ਕੱਢੀਆਂ, ਕਿਉਂਕਿ ਡਾਕਟਰ ਬਣਨਾ ਕੋਈ ਆਸਾਨ ਕੰਮ ਨਹੀਂ। ਮੈਂ ਵੀ ਪ੍ਰੀ ਮੈਡੀਕਲ 'ਚੋਂ PMD 'ਚੋਂ ਰਿਹਾ ਹੋਇਆ ਬੰਦਾ, ਜਿਹਨੂੰ ਮੈਂ ਬੜ ਕੇ BSc ਮੈਡੀਕਲ ਦੀ ਕਰਨੀ ਪਈ ਔਰ ਉਹ ਡਾਕਟਰ ਬਣਨਾ, ਜਿਹੜੇ ਡਾਕਟਰ ਬਣ ਕੇ ਮਿਹਨਤ ਕਰ ਰਹੇ ਨੇ, ਮੇਰਾ ਫਰੈਂਡ ਗੌਰਮੈਂਟ ਮੈਡੀਕਲ ਕਾਲਜ ਪਟਿਆਲੇ ਦਾ ਪ੍ਰਿੰਸੀਪਲ ਹੈ ਰਾਜਨ ਸਿੰਗਲਾ ਔਰ ਹੋਰ ਦੋਸਤ ਜਿਹੜੇ ਹੈਗੇ ਡਾਕਟਰਸ ਨੇ ਕਈ, ਔਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਆਪਣੇ ਆਪ ਨੂੰ ਐਸਟੈਬਲਿਸ਼ ਉਹਨਾਂ ਨੇ ਕੀਤਾ। ਪਰ ਜਦੋਂ ਅਸੀਂ ਐਸੀਆਂ ਚੀਜ਼ਾਂ ਦੇਖਦੇ ਹਾਂ ਜਿਨ੍ਹਾਂ ਦੇ ਨਾਲ ਦਿਲ ਦਹਿਲਾਉਣ ਵਾਲੀਆਂ ਚੀਜ਼ਾਂ, ਇੱਕ ਡਾਕਟਰ ਦੀ ਪ੍ਰੋਫੈਸ਼ਨ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਕਰਨੀ ਆ, ਹੋਸਪਿਟਲ ਡਿਊਟੀ ਕਰਨੀ ਆ, ਉਹਨਾਂ ਨੂੰ ਗੰਦੇ ਥਾਵਾਂ 'ਤੇ ਪਾਉਣਾ, ਉਹਨਾਂ ਦੇ ਲਈ ਐਸੇ ਚੀਜ਼ਾਂ ਕਰਨੀਆਂ ਕਿ ਉਹ ਵੀ ਜਨਰਲ ਵਾਰਡ, ਇੱਕ ਡਾਕਟਰ ਆ ਉਹਦੀ ਡਿਮਾਰਕੇਸ਼ਨ ਚਾਹੀਦੀ ਆ, ਉਹਨੂੰ ਵਧੀਆ ਜਗ੍ਹਾ ਚਾਹੀਦੀ ਆ ਰਹਿਣ ਦੇ ਲਈ, ਉਹਨੂੰ ਵਧੀਆ ਜਗ੍ਹਾ ਚਾਹੀਦੀ ਆ ਸੌਣ ਦੇ ਲਈ। ਅਗਰ ਉਹ ਕੰਫਰਟੇਬਲ ਨਹੀਂ ਹੋਊਗਾ, ਜਿੱਦਾਂ ਤੁਸੀਂ ਕਿਹਾ ਬੱਚੀ ਉਹ ਇੰਨੀ ਜ਼ਿਆਦਾ ਥੱਕ ਗਈ 36 ਘੰਟੇ ਕੰਮ ਕਰਾ ਕੇ, ਇਹ ਵੀ ਕਾਨੂੰਨ ਬਣਨਾ ਚਾਹੀਦਾ ਕਿ ਜਿਹੜੇ ਡਾਕਟਰਸ ਹੈਗੇ ਰੈਜੀਡੈਂਟ ਉਹਨਾਂ ਤੋਂ ਟਾਈਮਿੰਗ ਜਿਹੜੇ ਹੈਗੇ ਉਹਨਾਂ ਦੇ ਫਿਕਸ ਹੋਣ ਔਰ ਉਹਨਾਂ ਨੂੰ ਲੰਚ ਦਾ ਟਾਈਮ ਅੱਡ, ਉਹਨਾਂ ਨੂੰ ਡਿਨਰ ਦਾ ਟਾਈਮ ਵਧੀਆ ਤਰੀਕੇ ਦੇ ਨਾਲ ਦਿੱਤਾ ਜਾਵੇ, ਰਿਲੈਕਸੇਸ਼ਨ ਦਾ ਟਾਈਮ ਦਿੱਤਾ ਜਾਵੇ ਉਹਨਾਂ ਨੂੰ ਵੀ, ਇੱਕ ਆਮ ਬੰਦੇ ਵਾਂਗੂ ਆਪਾਂ ਕਹਿੰਦੇ ਮਜ਼ਦੂਰ 8 ਘੰਟੇ ਡਿਊਟੀ ਕਰੂਗਾ, ਸਾਡੇ ਡਾਕਟਰ 36 ਘੰਟੇ ਡਿਊਟੀ ਕਰਨਗੇ, ਹਾਊ ਇਜ਼ ਇਟ ਪੋਸੀਬਲ? ਇਸ ਚੀਜ਼ ਦੇ ਉੱਪਰ ਵੀ ਸਾਰੇ ਮੈਡੀਕਲ ਪ੍ਰੋਫੈਸ਼ਨ ਨੂੰ, ਸਾਰੇ ਜੋ ਵੀ ਵੱਡੇ ਸਾਡੇ ਲੋਕ ਨੇ ਜਿਹੜੇ ਬੈਠੇ ਨੇ ਸਤਾ ਦੇ ਵਿੱਚ, ਜਿਹਨਾਂ ਨੂੰ ਉਹਨਾਂ ਨੂੰ ਆ ਕੇ ਥੋੜ੍ਹਾ ਜਿਹਾ ਨੀਚੇ ਆ ਕੇ, ਹੁਣ ਦੇਖੋ ਫਿਰ ਦੁਬਾਰਾ ਤੋਂ ਗੌਰਮੈਂਟ ਬਣ ਗਈ ਹੈਗੀ ਆ BJP ਦੀ, ਦੁਬਾਰਾ ਤੋਂ ਤੁਸੀਂ ਦੇਸ਼ ਨੂੰ ਸਵਰਨ ਭਾਰਤ ਬਣਾਉਣ ਦੀ ਜਿਹੜੀ ਸੁਪਨੇ ਆ ਜਿਹੜੇ ਉਹ ਕਰਾ ਰਹੇ ਹੋ, ਸਾਨੂੰ ਵਰਲਡ ਲੈਵਲ 'ਤੇ ਮੋਦੀ ਜੀ ਨੇ ਅੱਗੇ ਸਾਡਾ ਸਿਰ ਉੱਚਾ ਕੀਤਾ, ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਵੀ ਹੁਣ ਆਹ ਜਿਹੜੀ ਤੁਹਾਡੀ ਟਨਿਓਰ ਆ ਉਹਦੇ ਵਿੱਚ ਕਾਨੂੰਨ ਐਸੇ ਬਣਾ ਦਿਓ, ਐਸੀ ਚੀਜ਼ਾਂ ਕਰ ਦਿਓ ਕਿ ਡਾਕਟਰਸ ਨੂੰ, ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਵੱਡੇ ਵੱਡੇ ਡਾਕਟਰਸ ਨੂੰ ਓਪੀਨੀਅਨ ਲੈ ਕੇ, ਪ੍ਰਾਈਵੇਟ ਡਾਕਟਰਸ ਦਾ ਇੱਕ ਪੈਨਲ ਬਣਾ ਕੇ, ਉਹਨਾਂ ਨੂੰ 1000-2000 ਡਾਕਟਰ ਜਿਹੜੇ ਹੈਗੇ ਆ ਹਰ ਪ੍ਰਦੇਸ਼ ਦੇ ਡਾਕਟਰਾਂ ਨੂੰ ਕੀ ਪ੍ਰੋਬਲਮਸ ਆਉਂਦੀ ਆ ਉਹਨਾਂ ਨੂੰ ਅਟੈਚ ਕਰਕੇ ਕੋਈ ਨਾ ਕੋਈ ਨਵੇਂ ਕਾਨੂੰਨ ਅਮੈਂਡ ਕਰੋ। ਡਾਕਟਰ ਸਾਹਿਬ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਰਿਚੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਤੁਹਾਡੇ ਲਾਸਟ ਸਵਾਲ ਦਾ, ਲਾਸਟ ਬਟ ਉਸ ਤੋਂ ਬਿਫੋਰ ਵਾਲੇ ਸਵਾਲ ਦਾ ਇੱਕ ਜਵਾਬ ਦੇਣਾ ਚਾਹਾਂਗੀ ਜੋ ਬਹੁਤ ਇੰਪੋਰਟੈਂਟ ਹੈ ਅੱਜ ਦੇ ਕੰਟੈਕਸਟ 'ਚ। ਅੱਜ ਮੈਂ ਵੇਖ ਰਹੀ ਹਾਂ ਕਿਉਂਕਿ ਵੀ ਹੈਵ ਬੀਨ ਪ੍ਰੈਕਟਿਸਿੰਗ ਇਨਫਰਟੀਲਿਟੀ ਐਂਡ IVF, ਨਿਸੰਤਾਨਤਾ ਦੇ ਪੇਸ਼ੈਂਟਸ ਦੇ ਇਲਾਜ 'ਚ ਪਰਮਾਤਮਾ ਨੇ ਸੇਵਾ ਲਾਈ ਇਸ ਜਨਮ 'ਚ, ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਅਸੀਂ ਇਹਨੂੰ ਬੜੇ ਹੱਸਦੇ ਖੇਡਦੇ ਆਪਣੇ ਮਰੀਜ਼ਾਂ ਦੇ ਆਊਟਕਮਸ ਵੇਖੇ।
ਕਿਸੇ ਮਰੀਜ਼ ਦਾ, ਜ਼ਿਆਦਾਤਰ ਮਰੀਜ਼ਾਂ ਦੇ, ਕਿਉਂਕਿ ਬਹੁਤ ਜੜ੍ਹ ਤੋਂ ਇਲਾਜ ਕਰਕੇ ਅੱਗੇ ਚੱਲੇ ਅਤੇ ਬਹੁਤ ਜ਼ਿਆਦਾ ਤਾਦਾਦ ਵਿੱਚ ਮਰੀਜ਼ ਪਹਿਲੀ ਵਾਰੀ ਆਪਣੇ ਟੈਸਟ ਟਿਊਬ ਬੇਬੀ ਵਿੱਚ ਪਾਸ ਹੋਏ। ਰਾਦਰ ਉਸ ਤੋਂ ਪਹਿਲੇ ਮੈਂ ਕਹਾਂਗੀ ਕਿ 70% ਪੇਸ਼ੈਂਟਸ ਜਿਹੜੇ ਆਈ ਵੀ ਐੱਫ ਲਈ ਆਏ ਸੀ ਉਹਨਾਂ ਦੇ ਆਈ ਵੀ ਐੱਫ ਦੇ ਬਗੈਰ ਵੀ ਬੱਚੇ ਹਾਸਿਲ ਹੋਏ। ਲੇਕਿਨ ਇੰਨੀ ਵੱਡੀ ਗੱਲ ਜਿਹੜੀ ਕਿ ਕਿਤਾਬਾਂ ਵਿੱਚ ਵੀ ਦਰਜ ਨਹੀਂ ਹੈ, ਉਹਦੇ ਲਈ ਅਸੀਂ ਪਰਮ ਪਿਤਾ ਪਰਮਾਤਮਾ ਦੇ ਬਹੁਤ ਹੀ ਛੋਟੀ ਜਿਹੀ ਜ਼ੁਬਾਨ ਤੋਂ ਸ਼ੁਕਰਾਨਾ ਵੀ ਸ਼ਾਇਦ ਨਹੀਂ ਕਰ ਸਕਦੇ। ਟੈਸਟ ਟਿਊਬ ਬੇਬੀ ਦੇ ਸੰਦਰਭ ਵਿੱਚ ਅੱਜ ਮੈਂ ਵੇਖ ਰਹੀ ਹਾਂ ਕਿ ਜਿਤਨੇ ਵੀ ਡਾਕਟਰਸ ਆਈ ਵੀ ਐੱਫ ਪ੍ਰੈਕਟਿਸ ਕਰ ਰਹੇ ਹਾਂ ਅੱਜ ਓਵਰ ਆਲ ਓਵਰ ਇੰਡੀਆ, ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਮੈਂ ਦੇਖ ਰਹੀ ਹਾਂ, ਕਿਉਂਕਿ ਬਹੁਤ ਸੇ ਪੇਸ਼ੈਂਟਸ ਨੂੰ ਐਸੀ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਲਈ ਉਹਨਾਂ ਦਾ ਕਿਸੇ ਦਾ ਪਹਿਲੀ ਵਾਰੀ ਟੈਸਟ ਟਿਊਬ ਬੇਬੀ ਕਾਮਯਾਬ ਹੁੰਦਾ, ਕਿਸੇ ਦਾ ਦੂਜੀ ਵਾਰੀ, ਕਿਸੇ ਦਾ ਤੀਜੀ ਵਾਰੀ, ਕਿਸੇ ਦਾ 4 ਵਾਰ ਫੇਲ ਹੁੰਦਾ, ਔਰ ਕਿਸੇ ਦਾ ਹਰ ਤਰ੍ਹਾਂ ਦੀ ਬਿਮਾਰੀਆਂ ਦਾ ਰੋਗਾਂ ਤੋਂ ਜੜੋਂ ਇਲਾਜ ਕਰਦੇ ਹੋਏ ਅਲਟੀਮੇਟਲੀ ਉਹਦੀ ਕੈਲਕੂਲੇਸ਼ਨ ਦੇ ਮੁਤਾਬਿਕ ਅਸੀਂ ਕੈਲਕੂਲੇਟ ਕਰਦੇ ਹਾਂ ਕਿ ਇਹਨੂੰ ਕਾਮਯਾਬੀ ਮਿਲ ਸਕਦੀ ਹੈ ਜਾਂ ਇਹਦਾ ਅੱਗੇ ਕਿਸ ਤਰ੍ਹਾਂ ਨਾਲ ਅੰਡੇਦਾਨ ਨਾਲ ਹੋਣਾ ਚਾਹੀਦਾ, ਕਿਸ ਤਰ੍ਹਾਂ ਉਹਦਾ ਇਲਾਜ ਹੋਣਾ ਚਾਹੀਦਾ। ਸਰ ਕੀ ਕਹਿਣਾ, ਚਾਰ ਚਾਰ ਵਾਲੀ ਜਿੱਦਾਂ ਤੁਸੀਂ ਕਹਿੰਦੇ ਫੇਲਰ ਵੀ ਹੋ ਜਾਂਦੇ ਹੈਗੇ, ਕਿਉਂਕਿ ਆਪਾਂ ਡਾਕਟਰ ਹਾਂ, ਆਪਾਂ ਭਗਵਾਨ ਤਾਂ ਨਹੀਂ, ਰੱਬ ਨੇ ਭਗਵਾਨ ਨੇ ਦੇਣਾ ਬੱਚਾ, ਤਾਂ ਬੱਚਾ ਤਾਂ ਭਗਵਾਨ ਦੇ ਹੱਥ ਚ ਜਾਣਾ। ਮੈਂ ਤੁਹਾਨੂੰ ਹਾਈਲਾਈਟ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਉਸ ਸਵਰਨਿਮ ਯੁੱਗ ਦੀ ਲਗਾਤਾਰ ਲੋੜ ਹੈਗੀ ਹੈ ਜਿਹਦੇ ਵਿੱਚ ਪੇਸ਼ੈਂਟ ਔਰ ਡਾਕਟਰ ਦਾ ਇੱਕ ਬਹੁਤ ਭਰੋਸੇ ਦਾ ਰਿਸ਼ਤਾ ਹੋਵੇ, ਵਿਸ਼ਵਾਸ ਦਾ ਰਿਸ਼ਤਾ ਹੋਵੇ। ਹੁਣ ਅਸੀਂ ਰੱਬ ਨਾਲ ਤਾਂ ਨਹੀਂ ਲੜ ਪੈਂਦੇ ਕਿ ਮੇਰਾ 19 ਸਾਲ ਤੋਂ ਬੱਚਾ ਨਹੀਂ ਹੋਇਆ ਅਤੇ ਅਸੀਂ ਰੱਬ ਨਾਲ ਲੜ ਪਾਵਾਂਗੇ ਜੇ ਰੱਬ ਜ਼ਮੀਨ 'ਤੇ ਆ ਜਾਣ। ਇਸ ਤਰ੍ਹਾਂ ਹੀ ਜਿਹੜਾ ਭਰੋਸੇ ਦਾ ਇੱਕ ਭਰੋਸਾ ਇੱਕ ਐਸੀ ਤਾਕਤ ਹੈ ਜਿਹੜਾ ਬੰਦੇ ਨੂੰ ਜ਼ਮੀਨ ਤੋਂ ਆਸਮਾਨ ਤੱਕ ਪਹੁੰਚਾ ਦਿੰਦਾ। ਸੋ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਚਾਹੇ ਅਸੀਂ ਖੁਦ ਕਿਸੇ ਦਾ ਮਰੀਜ਼ ਬਣ ਕੇ ਜਾਈਏ ਜਾਂ ਇੱਕ ਡਾਕਟਰ ਦੇ ਰੂਪ ਵਿੱਚ ਕਾਰਜ ਕਰੀਏ, ਜੇਕਰ ਸਾਡੇ ਸਾਰੇ ਕਰਮ ਉਹਦੇ ਚਰਨਾਂ ਵਿੱਚ ਸਮਰਪਿਤ ਹੈਗੇ ਹੈ ਤਾਂ ਆਈ ਥਿੰਕ ਆਈ ਵੁੱਡ ਰੀਅਲੀ ਲਵ ਟੂ ਸੀ ਦੈਟ ਟਾਈਮ ਜਦੋਂ ਮੈਂ ਚਾਹਾਂਗੀ ਕਿ ਆਉਣ ਵਾਲੇ ਯੁੱਗਾਂ ਵਿੱਚ ਵੀ ਪੇਸ਼ੈਂਟ ਔਰ ਡਾਕਟਰ ਦਾ ਰਿਸ਼ਤਾ ਇੱਕ ਪਿਆਰ ਦਾ, ਇੱਕ ਭਰੋਸੇ ਦਾ ਔਰ ਇੱਕ ਸੋਹਣਾ ਰਿਸ਼ਤਾ ਰਹੇ, ਤਾਂ ਕਿ ਡਾਕਟਰ ਆਪਣਾ ਬੈਸਟ ਦੇਵੇ ਔਰ ਮਰੀਜ਼ ਵੀ ਡਾਕਟਰ ਕੋਲ ਪੂਰਾ ਫਾਇਦਾ ਲੈਂਦੇ ਹੋਏ ਅੱਗੇ ਚੱਲ ਸਕੇ। ਬਿਕੋਜ਼ ਮੈਨੂੰ ਲੱਗਦਾ ਪਿਆਰ ਦਾ ਰਿਸ਼ਤਾ ਇੱਕ ਐਸਾ ਹੁੰਦਾ ਜਿਹਦੇ ਕਾਰਨ ਡਾਕਟਰ ਪੇਸ਼ੈਂਟ ਦੀ 1000 ਵਾਰ ਫਰੀ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦਾ। ਉਹਨੂੰ ਬਸ ਇਹੀ ਹੁੰਦਾ ਕਿ ਮੇਰੇ ਮਰੀਜ਼ ਨੂੰ ਆਰਾਮ ਆ ਜਾਏ ਕਿਸੇ ਤਰ੍ਹਾਂ। ਲੇਕਿਨ ਅਗਰ ਮਰੀਜ਼ ਛੋਟੀ ਛੋਟੀ ਗੱਲਾਂ 'ਤੇ ਡਾਕਟਰਸ ਨਾਲ ਫਾਈਟ ਕਰਨਗੇ, ਲੜਨਗੇ ਔਰ ਵਕੀਲਾਂ ਨੂੰ ਵਿੱਚ ਲਿਆਉਣਗੇ, ਤਾਂ ਮੈਨੂੰ ਲੱਗਦਾ ਕਿ ਉਹ ਜਿਹੜਾ ਸਪਨਾ ਹੈਗਾ ਬੱਚਾ ਹੋਣ ਦਾ ਉਹ ਤਾਂ ਕਿਤੇ ਦੂਰ ਰਹਿ ਜਾਏਗਾ। ਫਿਰ ਤਾਂ ਉਹ ਵਿਚਾਰਾ ਮਰੀਜ਼ ਲੜਾਈਆਂ ਵਿੱਚ ਹੀ ਰਹਿ ਜਾਏਗਾ। ਸੋ ਮੇਰਾ ਬਿਕੋਜ਼ ਆਈ ਐਮ ਸੀਇੰਗ ਕਿ ਇਹ ਵਾਲੀ ਪ੍ਰੋਬਲਮ ਇੱਕ ਸ਼ਾਇਦ ਅਸੀਂ ਕਲਯੁੱਗ ਦੇ ਕਲਾਈਮੈਕਸ ਹੀ ਜੀ ਰਹੇ ਹਾਂ। ਸੋ ਮੇਰਾ ਇਹੀ ਨਿਵੇਦਨ ਹੈ ਸਾਰਿਆਂ ਨੂੰ ਕਿ ਆਪਣੇ ਡਾਕਟਰਾਂ 'ਤੇ ਭਰੋਸਾ ਕਰੋ ਔਰ ਬੜੇ ਹੀ ਪ੍ਰੇਮ ਪੂਰਵਕ ਉਹਨਾਂ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਚੱਲੋ। ਥੈਂਕ ਯੂ ਡਾਕਟਰ ਸਾਹਿਬ। ਅਸੀਂ ਕਰਨਾਲ ਜਾਣਾ ਸੀਗਾ ਲੇਕਿਨ ਤੁਸੀਂ ਆਪਣੇ ਇੱਥੇ ਆਏ ਹੋ, ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਚਾਨਣ ਮੁਨਾਰਾ ਬਣ ਕੇ ਡਾਕਟਰ ਪ੍ਰਭਜੋਤ ਆਏ ਨੇ, ਮੈਂ ਦੂਰਦਰਸ਼ਨ ਦੇ ਉੱਪਰ ਜਿਹੜਾ ਹੈਗਾ ਇੱਕ ਪ੍ਰਾਈਵੇਟ ਪ੍ਰੋਡਿਊਸਰ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀਗਾ, ਔਰ ਜਦੋਂ ਇੱਕ ਵਾਰੀ ਕੈਂਪ ਲੱਗਿਆ ਸਾਡੇ ਬਾਘਾ ਪੁਰਾਣਾ ਦੇ ਕੋਲ ਪਿੰਡ ਸੀਗਾ ਜੈਮਲ ਵਾਲਾ, ਉੱਥੇ ਕੈਂਪ ਦੇ ਵਿੱਚ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਔਰ ਉਹ ਦਿਨ ਤੋਂ ਹੀ ਸਾਡੀ ਜ਼ਿੰਦਗੀ ਜਿਹੜੀ ਹੈਗੀ ਹੈ ਬਦਲ ਗਈ। ਸਾਨੂੰ ਡਾਕਟਰ ਦਾ ਪ੍ਰੋਫੈਸ਼ਨ ਆਈ ਵਾਜ ਮੈਂ ਇੰਨਾ ਅਵੇਅਰ ਨਹੀਂ ਸੀਗਾ ਵੀ ਡਾਕਟਰਾਂ ਨੂੰ ਕਿੱਦਾਂ ਇੰਟਰਵਿਊਜ਼ ਕਰਨੀਆਂ, ਪਰ ਡਾਕਟਰ ਪਰਮਜੋਤ ਨੇ ਸਾਡਾ ਬਹੁਤ ਵੱਡਾ ਸਾਥ ਦੇ ਕੇ ਕਰਨਾਲ ਗਏ ਚਲੇ। ਕਰਨਾਲ ਜਾਂਦੇ ਵੀ ਜਦੋਂ ਅਸੀਂ ਦਿੱਲੀ ਜਾਣਾ ਆਉਣਾ ਉਦੋਂ ਹੀ ਅਸੀਂ ਆਪਣੀ ਭੈਣ ਜੀ ਦੀ ਇੱਕ ਇੰਟਰਵਿਊ ਕਰਕੇ ਆ ਜਾਣੀ, ਔਰ ਇਹਨਾਂ ਨੇ ਹਮੇਸ਼ਾ
ਸਾਨੂੰ ਕਦੇ ਇਹਨਾਂ ਨੇ ਇਨਕਾਰ ਨਹੀਂ ਕੀਤਾ, ਨਾ ਇਹਨਾਂ ਨੂੰ ਕੋਈ ਇਸ ਚੀਜ਼ ਦਾ ਸੀਗਾ ਕਿ ਮੇਰਾ ਫਾਇਦਾ ਹੁੰਦਾ ਜਾਂ ਮੈਨੂੰ ਇਹ ਤੋਂ ਕੋਈ ਰਿਸਪੋਂਸ ਆਉਂਦਾ ਜਾਂ ਨਹੀਂ ਆਉਂਦਾ, ਪਰ ਸਿਰਫ ਉਹ ਭੈਣ ਭਰਾ ਵਾਲਾ ਪਿਆਰ, ਔਰ ਸਾਨੂੰ ਵੀ ਹਮੇਸ਼ਾ ਹੁੰਦਾ ਸੀ ਕਿ ਨਹੀਂ ਅਸੀਂ ਡਾਕਟਰ ਪਰਮਜੋਤ ਨੂੰ ਤਾਂ ਨਾਲ ਕਵਰ ਕਰਕੇ ਜਾਣਾ ਹੈਗਾ, ਔਰ ਅਸੀਂ ਵੀ ਹਮੇਸ਼ਾ ਉਹ ਕਰਦੇ ਰਹਿੰਦੇ ਹਾਂ, ਔਰ ਸਾਡੇ ਮਨ 'ਚ ਹੁੰਦਾ ਕਿ ਇਨਸਾਨ ਜਿਹਨੇ ਵਾਕਈ ਇੱਕ ਮੈਡੀਕਲ ਪ੍ਰੋਫੈਸ਼ਨ ਵਿੱਚ ਸੇਵਾ ਕੀਤੀ ਹੈਗੀ ਆ, ਔਰ ਪੋਜ਼ਿਟਿਵਿਟੀ ਇੱਕ ਬਲਡ ਪਿਓਰਟੀ ਦੇ ਨਾਲ ਕੰਮ ਕੀਤਾ ਹੈਗਾ, ਔਰ ਇੰਨੇ ਪੇਸ਼ੈਂਟਸ ਦੇ ਜਿਹੜੇ ਹੈਗੇ ਆ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਡਿਲੀਵਰੀ ਆਪਰੇਸ਼ਨ ਤੋਂ ਬਿਨਾਂ ਨਹੀਂ ਹੁੰਦੀ, ਪਰ ਇਹਨਾਂ ਦੇ ਨੋਰਮਲ ਡਿਲੀਵਰੀਜ਼ ਉੱਤੇ ਆਪਣੇ ਲੋਕਾਂ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ, ਔਰ ਹਮੇਸ਼ਾ ਸੇਵਾ ਦੇ ਵਿੱਚ ਕਦੇ ਕਿਸੇ ਪੇਸ਼ੈਂਟ ਤੋਂ ਪੈਸਿਆਂ ਦੀ ਖਾਤਰ ਇਹ ਨਹੀਂ ਹੈ ਕਿ ਉਹਨਾਂ ਚੀਜ਼ਾਂ ਨੂੰ ਅਲੋਬਰੇਟ ਕਰ ਦੇਣ, ਉਹ ਇੱਕ ਇਨਸਾਨ ਆ, ਇੱਕ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਪ੍ਰੋਫੈਸ਼ਨ ਨੂੰ ਦਿੱਤੀ, ਇਹੀ ਕਾਰਨ ਆ ਕਿ ਅਸੀਂ ਵੀ ਇਹਨਾਂ ਦੇ ਨਾਲ ਜੁੜੇ ਹਾਂ। ਡਾਕਟਰ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਮੈਂ ਤੁਹਾਡੇ ਨਿਊਜ਼ ਚੈਨਲ ਦੇ ਮਾਧਿਅਮ ਤੋਂ ਇੱਕ ਬੜਾ ਇੰਪੋਰਟੈਂਟ ਆਹਵਾਨ ਔਰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਸਾਰੇ ਹਿੰਦੁਸਤਾਨ ਨੂੰ ਔਰ ਪੂਰੀ ਦੁਨੀਆ ਵਿੱਚ ਸਾਡੇ ਜਿੰਨੇ ਵੀ ਭੈਣ ਅਤੇ ਭੈਣ ਭਰਾ ਔਰ ਸਾਡੇ ਜਿਹੜੇ ਬੱਚੇ ਸੁਣ ਰਹੇ ਹੈ ਮੇਰੀ ਗੱਲ ਨੂੰ, ਕਿ ਓਵਰ ਦੀ ਲਾਸਟ 20 ਈਅਰਸ ਇਨਫਰਟੀਲਿਟੀ ਦੀ ਪ੍ਰੈਕਟਿਸ ਜਾਂ ਨਿਸੰਤਾਨਤਾ, ਜਿਨ੍ਹਾਂ ਦੇ ਬੱਚੇ ਨਹੀਂ ਸੀਗੇ ਜਿਨ੍ਹਾਂ ਜੋੜਿਆਂ ਦੇ, ਉਹਨਾਂ ਦੇ ਇਲਾਜ ਦੇ ਜਰਨੀ ਦੇ ਦੌਰਾਨ ਸਾਡਾ ਆਪਣਾ ਐਕਸਪੀਰੀਅੰਸ ਬਹੁਤ ਪੋਜ਼ਿਟਿਵ ਰਿਹਾ ਪਰਮ ਪਿਤਾ ਪਰਮਾਤਮਾ ਦੇ ਆਸ਼ੀਰਵਾਦ ਨਾਲ। ਜਿਸ ਤਰ੍ਹਾਂ ਕਿ ਮੈਂ ਕਿਹਾ ਕਿ 70% ਤੋਂ ਜ਼ਿਆਦਾ ਲੋਕ ਜੋ IVF ਵਾਸਤੇ ਆਏ ਸੀ ਉਹਨਾਂ ਦੇ ਬਿਨਾਂ ਟੈਸਟ ਟਿਊਬ ਬੇਬੀ ਦੇ ਬੱਚੇ ਹੋ ਗਏ, ਕਿਸੇ ਦਾ 17 ਸਾਲ ਬਾਅਦ ਹੋਇਆ, ਕਿਸੇ ਦਾ 12 ਸਾਲ ਬਾਅਦ, ਕਿਸੇ ਦਾ 10 ਸਾਲ ਬਾਅਦ। ਹਾਲਾਂਕਿ ਬਹੁਤ ਲੰਬੀ ਇਨਫਰਟੀਲਿਟੀ ਦੇ ਬਾਅਦ ਸ਼ਾਇਦ ਇਹ ਪੇਸ਼ੈਂਟ ਵੀ ਬਹੁਤ ਇਮਪੇਸ਼ੈਂਟ ਹੁੰਦਾ ਹੈ ਕਿ ਮੇਰਾ ਜਲਦੀ ਕੰਮ ਕਰਾ ਦਿਓ, ਮੈਨੂੰ ਨੋਰਮਲ ਦੇ ਉਹਦੇ ਚੱਕਰ ਵਿੱਚ ਨਾ ਪਾਇਆ ਜਾਏ। ਔਰ ਦੂਜਾ ਮੈਂ ਵੇਖਿਆ ਕਿ ਜਦੋਂ ਵੀ ਜੋ ਵੀ ਕੋਈ ਇਨਫਰਟੀਲਿਟੀ ਦੇ ਪਿੱਛੇ ਛੁਪਿਆ ਹੋਇਆ ਰੋਗ ਹੈਗਾ ਜਾਂ ਜਿਸ ਇਨਫਰਟੀਲਿਟੀ ਜਾਂ ਨਿਸੰਤਾਨਤਾ ਨੂੰ ਜਿਸ ਰੋਗ ਦੇ ਕਾਰਨ ਅੱਜ ਤੱਕ ਕਦੀ ਰਿਜ਼ਲਟ ਨਹੀਂ ਮਿਲਿਆ ਜਾਂ ਅੱਜ ਤੱਕ ਪ੍ਰੈਗਨੈਂਸੀ ਨਹੀਂ ਹੋਈ, ਜੇ ਅਸੀਂ ਕਿਸੇ ਮਰੀਜ਼ ਦੇ ਰੋਗਾਂ ਨੂੰ ਜੜ੍ਹ ਤੋਂ ਮੁਕਤ ਕਰਦੇ ਹੋਏ ਜੇ ਉਹਦਾ ਸੋਹਣਾ ਇਲਾਜ ਕਰਕੇ ਅੱਗੇ ਚੱਲੀਏ, ਅਤੇ ਐਸੇ ਮਰੀਜ਼ਾਂ ਨੂੰ ਚਾਹੇ ਅਸੀਂ ਟੈਸਟ ਟਿਊਬ ਬੇਬੀ ਲਈ ਪ੍ਰਿਪੇਅਰ ਕਰ ਰਹੇ ਹੋਈਏ, ਫਿਰ ਵੀ ਉਹਨਾਂ ਨੂੰ ਨੈਚੁਰਲ ਪ੍ਰੈਗਨੈਂਸੀ ਦੇ ਚਾਂਸ ਬਣ ਸਕਦੇ ਨੇ। ਔਰ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਆਹਵਾਨ ਕਰਨਾ ਚਾਹਾਂਗੀ ਪੀਪਲ ਫਰੋਮ ਆਲ ਓਵਰ ਇੰਡੀਆ ਐਂਡ ਆਲ ਓਵਰ ਦੀ ਵਰਲਡ ਤੋਂ, ਕਿ ਅਗਰ ਤੁਹਾਨੂੰ ਕਦੀ ਵੀ ਕਿਸੇ ਵੀ ਜਗ੍ਹਾ 'ਤੇ ਕਾਮਯਾਬੀ ਨਹੀਂ ਮਿਲੀ, ਅਤੇ ਅਗਰ ਤੁਹਾਡੇ ਮਨ 'ਚ ਕਿਤੇ ਆਸ਼ਾ ਦੀ ਕਿਰਨ, ਕੋਈ ਉਮੀਦ ਦੀ ਕਿਰਨ ਹੋਵੇ ਕਿ ਤੁਹਾਡਾ ਕੰਮ ਬਣ ਸਕਦਾ ਹੈ, ਈਵਨ ਸਾਡੇ ਜਿਹੜੀ ਬੇਟੀਆਂ ਨੇ ਜਿਨ੍ਹਾਂ ਦੀ ਅੰਡੇਦਾਨੀ ਦੀ ਤਾਕਤਾਂ ਘੱਟ ਨੇ ਔਰ ਉਹ ਆਪਣੇ ਹੀ ਅੰਡੇ ਨਾਲ ਬੱਚਾ ਕਰਨ ਦੀ ਉਮੀਦ ਕਰਦੀਆਂ ਨੇ, ਜੇਕਰ ਤੁਹਾਡੇ ਨਸੀਬਾਂ 'ਚ ਹੋਏਗਾ ਤਾਂ ਤੁਹਾਡਾ ਕੰਮ ਬਣ ਸਕਦਾ ਹੈ। ਮੈਂ ਇੱਕ ਬੜੀ ਪੋਜ਼ਿਟਿਵ ਮੈਸੇਜ ਦੇਣਾ ਚਾਹੁੰਦੀ ਹਾਂ, ਔਰ 4 ਵਾਰ ਟੈਸਟ ਟਿਊਬ ਬੇਬੀ ਫੇਲ ਹੋਣ ਦੇ ਬਾਵਜੂਦ ਵੀ ਸਾਡੀ ਜਿਨ੍ਹਾਂ ਬੇਟੀਆਂ ਦਾ 4, 5, 6, 7 ਵਾਰ 7 ਸਾਲ ਹੋ ਗਏ ਵਿਆਹ ਨੂੰ ਜਾਂ ਜ਼ਿਆਦਾ ਹੋ ਗਏ, ਔਰ ਜਿਨ੍ਹਾਂ ਨੂੰ ਆਸ ਹੈਗੀ ਹੈ ਕਿ ਸਾਡਾ ਨੈਚੁਰਲ ਵੀ ਕੰਮ ਬਣ ਸਕਦਾ, ਉਹ ਪੇਸ਼ੈਂਟ ਸਾਡੇ ਕੋਲ ਆ ਸਕਦੇ ਨੇ ਗੁਰੂ ਨਾਨਕ ਹੋਸਪਿਟਲ ਵਿੱਚ ਔਰ ਸਾਡੀ ਸੇਵਾਵਾਂ ਦਾ ਫਾਇਦਾ ਉਠਾ ਸਕਦੇ ਨੇ। ਔਰ ਜਿਹੜੇ ਮਰੀਜ਼ਾਂ ਨੂੰ ਬਹੁਤ ਵਾਰ ਬੱਚਿਆਂ ਦੀ ਧੜਕਣਾਂ ਆ ਕੇ ਚੱਲੀਆਂ ਗਈਆਂ ਜਾਂ ਟੈਸਟ ਟਿਊਬ ਬੇਬੀ ਕਾਮਯਾਬ ਪੋਜ਼ਿਟਿਵ ਹੋਣ ਦੇ ਬਾਅਦ ਵੀ ਜਿਨ੍ਹਾਂ ਨੂੰ ਹੱਥ 'ਚ ਬੱਚੇ ਦੀ ਪ੍ਰਾਪਤੀ ਨਹੀਂ ਹੋਈ, ਉਹਨਾਂ ਨੂੰ ਆਲ ਓਵਰ ਦੀ ਵਰਲਡ ਤੋਂ ਔਰ ਆਲ ਓਵਰ ਇੰਡੀਆ ਤੋਂ ਮੈਂ ਇੱਕ ਆਹਵਾਨ ਦੇਣਾ ਚਾਹੁੰਦੀ ਹਾਂ ਕਿ ਜੇ ਤੁਹਾਡੇ ਦਿਲ ਵਿੱਚ ਕੋਈ ਆਸ ਦੀ ਕਿਰਨ ਬਾਕੀ ਹੈਗੀ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜੇ ਤੁਹਾਡੇ ਨਸੀਬਾਂ 'ਚ ਹੈ ਤਾਂ ਤੁਹਾਨੂੰ ਨੋਰਮਲ ਤਰੀਕੇ ਨਾਲ ਜਾਂ ਜਿਸ ਵੀ ਤਰੀਕੇ ਨਾਲ ਅੱਛੇ ਤੋਂ ਅੱਛਾ ਹੋ ਸਕੇ ਤੁਹਾਨੂੰ ਜ਼ਿੰਦਗੀ ਦੀ ਖੁਸ਼ੀ ਮਿਲ ਸਕੇ।